जिला तरन तारण दी नाम दे थाना वैरोवाल दे पिंड नागोके विखे दो गुटां दौरान होए झगड़े दौरान गोली लगन नाल दो व्यक्तियां दी मौके ते मौत हो गई है। मृतक व्यक्तियां दी शनाख्त लखबीर सिंह पुत्र जरनैल सिंह अते अमृतपाल सिंह पुत्र तस्वीर वजो होए जो के रिश्ते विच चाचा भतीजा ही लगदे सन। इस संबंधी जानकारी दिंदे होए मृतक ते परिवारक मैंबरां अते पिंड दे मोहतबरां ने अमृतपाल सिंह दा पिंड दे ही नौजवानां नाल किसे गल नूं ਲੈ ਕੇ ਤਕਰਾਰ ਹੋਇਆ ਸੀ। ਸਰ ਜਵੰਤ ਕੌਰ, ਪੰਜੀ ਰਾਤ ਜੋ ਕਤਲ ਹੋਇਆ ਤੁਹਾਡੇ ਪਰਿਵਾਰ ਦੇ ਮੋਹਣੀਆਂ ਦਾ ਕੀ ਹੋਈ ਸਾਰੀ ਘਟਨਾ ਦੀ? ਇਹ ਘਰੇ ਬੈਠੇ ਆ 9 ਵਜੇ ਤੇ ਬਾਹਰ ਗਏ ਮੈਂ ਕਿਹਾ ਕੁੱਤੇ ਭੌਂਕਦੇ ਕੁੱਤਿਆਂ ਦਾ ਕਰਕੇ ਗਏ ਆ ਇਹ, ਪਰ ਬਾਹਰ ਚਲੇ ਗਏ। ਜਾਂਦੇ ਜਾਂਦੇ ਇੱਥੋਂ ਸਾਨੂੰ ਦਿਸਦੇ ਆ ਵੀ ਬਾਹਰ ਕੋਈ ਮੁੰਡੇ ਲੜਦੇ ਆ, ਲੜਦੇ ਲੜਦੇ ਵੀ ਵਿੱਚ ਗਾਂ ਦੀ ਗਾਂ ਚਲੇ ਗਏ। ਜਾ ਕੇ ਤੇ ਵੇਖਿਆ ਤੇ ਉਹ ਦੋ ਗੱਡੀਆਂ ਦੇ ਉੱਤੇ ਆਏ ਬੰਦੇ ਤੇ ਆਉਂਦੇ ਇਹਨਾਂ ਦੇ ਸਿੱਧੀਆਂ ਵਰਤਦੇ ਤੇ ਇਹਨਾਂ ਦੇ ਗੋਲੀਆਂ ਮਾਰਦੇ ਨਾ ਥਾਂ ਹੀ ਮੁੱਕ ਗਏ। ਕੀ ਮੰਗ ਕਰਦੇ ਜੋ ਚੰਦਾਰੀ ਨੂੰ ਕੁਝ ਕਿਹਾ ਸੀ? ਹਾਏ, ਉਹਨਾਂ ਨੂੰ ਸਜ਼ਾ ਮਿਲੇ ਹੋਰ ਕੀ ਕਰਨਾ ਸੀ। ਹਾਏ, ਸਾਨੂੰ ਨਹੀਂ ਪਤਾ ਕੌਣ ਆ। ਹਾਏ, ਜੋ ਕੁਝ ਸਮੇਂ ਬਾਅਦ ਵਿੱਚ ਇੱਕ ਵੱਡੇ ਝਗੜੇ ਦਾ ਰੂਪ ਧਾਰ ਗਿਆ ਜਿਸ ਦੌਰਾਨ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਇੱਕ ਧੜੇ ਲਖਬੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੇ ਸਿੱਧੀਆਂ ਗੋਲੀਆਂ ਮਾਰ ਦਿੱਤੀਆਂ ਜਿਸ ਦੌਰਾਨ ਦੋਹਾਂ ਦੀ ਮੌਕੇ ਉੱਤੇ ਮੌਤ ਹੋ ਗਈ। ਅੱਜ ਇੱਕ ਸਾਨੂੰ ਡੈੱਡ ਬੋਡੀ ਮਿਲੀ ਹੈ ਜਿਹਦੀ ਸ਼ਨਾਖਤ ਸਰਵਣ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਸਰਹਾਲੀ ਦੇ ਰੂਪ ਦੇ ਵਿੱਚ ਹੋਈ ਹੈ। ਇਸ ਸੰਬੰਧੀ ਅਸੀਂ ਉਸਦੇ ਤਾਇਆ ਜੀ ਭਗਵਾਨ ਸਿੰਘ ਦੇ ਬਿਆਨਾਂ ਦੇ ਉੱਤੇ 302 IPC ਦੇ ਵਿੱਚ ਜਿਹੜਾ ਕੇਸ ਰਜਿਸਟਰ ਕਰਕੇ ਵੀ ਤਫਤੀਸ ਕਰ ਰਹੇ ਹਾਂ। ਇਸੇ ਘਟਨਾ ਨਾਲ ਸੰਬੰਧਿਤ ਇੱਕ ਅੱਜ ਟੋਲਾ ਸਾਹਿਬ ਜਿਹੜਾ ਕਾਲਜ ਆ ਉਹਦੀ ਪ੍ਰਧਾਨਗੀ ਨੂੰ ਲੈ ਕੇ ਇੱਕ ਫਾਇਰਿੰਗ ਵੀ ਹੋਈ ਹੈ। ਇਸ ਘਟਨਾ ਨੂੰ ਵੀ ਉਸ ਘਟਨਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਜਿਹਦੀ ਪੜਤਾਲ ਕਰਕੇ ਜਿਹੜੇ ਹੱਕੀ ਦੋਸ਼ੀ ਨੇ ਜਿਹੜੇ ਇਹਨਾਂ ਦੀ ਫਾਇਰਿੰਗ ਦੇ ਵਿੱਚ ਸ਼ਾਮਿਲ ਆ ਉਹਨਾਂ ਦੇ ਖਿਲਾਫ਼ ਅਸੀਂ ਪਰਚਾ ਦਰਜ ਕਰਕੇ ਜਿਹੜੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਜਾ ਰਹੀ ਹੈ। ਇਹ ਤਸਦੀਕ ਮੁਤਾਬਕ ਜਿਹੜੇ ਇੱਥੇ 5 ਤੋਂ 6 ਫੈਲ ਜਿਹੜੇ ਹੋਣੇ ਤਸਦੀਕ ਹੋਏ ਆ। ਹਾਂਜੀ, ਇਹਦੇ ਵਿੱਚ ਇੱਕ ਵਿਅਕਤੀ ਹੋਰ ਜ਼ਖਮੀ ਹੋਇਆ ਜਿਹਨੂੰ ਇਲਾਜ ਲਈ ਸਰਹਾਲੀ ਦਾਖਲ ਕਰਾਇਆ ਗਿਆ ਸੀ ਜਿਸ ਨੂੰ ਅੱਗੇ ਆਪਣਾ ਤਰਨ ਤਾਰਨ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ। ਹਾਂ, ਇਹਦੀ ਅਸੀਂ ਮੁਕੱਦਮਾ ਦਰਜ ਕਰਕੇ ਪੜਤਾਲ ਕਰ ਰਹੇ ਹਾਂ ਜਿਹੜੀ ਗੱਡੀਆਂ ਦੀ ਭੰਨ ਤੋੜ ਜਾਂ ਫਾਇਰਿੰਗ ਹੋਈ ਆ ਜਾਂ ਜਿਹੜੀ ਪ੍ਰਧਾਨਗੀ ਇਲੈਕਸ਼ਨ ਹੋਈ ਆ, ਕਿਉਂਕਿ ਨਾ ਤਾਂ ਕਾਲਜ ਵੱਲੋਂ ਸਾਨੂੰ ਕੋਈ ਇੰਟੀਮੇਸ਼ਨ ਸੀ ਪ੍ਰਧਾਨਗੀ ਦੀ ਇਲੈਕਸ਼ਨ ਬਦਲੇ ਅਤੇ ਨਾ ਹੀ ਕੋਈ ਇੱਥੇ ਕੋਈ ਵੋਟਾਂ ਦੀ ਜਿਹੜੀਆਂ ਵੋਟਾਂ ਹੋਈਆਂ ਨੇ ਪ੍ਰਧਾਨਗੀ ਇਲੈਕਸ਼ਨ ਨੂੰ ਇਹਦੀ ਅਸੀਂ ਪੜਤਾਲ ਕਰ ਰਹੇ ਹਾਂ। ਜਿਹੜੇ ਵੀ ਅੱਗੇ ਦੋਸ਼ੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਕੇ ਅਤੇ ਉਹਦਾ ਚਲਾਨ ਜਿਹੜਾ ਪੇਸ਼ ਕਰ ਦਿੱਤਾ। ਤਰਨ ਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਣ ਨਾਲ ਵਿੰਪਲ ਗੋਲਣ ਦੀ ਵਿਸ਼ੇਸ਼ ਰਿਪੋਰਟ। ਦੇਸ਼ ਦੁਨੀਆ ਦੀ ਹਰ ਖਬਰ ਤੇ ਨਜ਼ਰ ਰੱਖਣ ਦੇ ਲਈ ਹੁਣ ਸਾਡਾ ਡੇਲੀ ਇੰਟਰਨੈਸ਼ਨਲ ਐਡੀਸ਼ਨ ਪੜ੍ਹਨ ਦੇ ਲਈ ਲੌਗਇਨ ਕਰੋ ਸਾਡੀ ਵੈਬਸਾਈਟ ਤੇ www.apnapunjabmedia.com ਤੇ ਇਸੇ ਦੇ ਨਾਲ ਹੀ ਤੁਸੀਂ ਇੱਥੇ ਸਾਡਾ ਡੇਲੀ ਈ ਪੇਪਰ ਵੀ ਪੜ੍ਹ ਸਕਦੇ ਹੋ ਤੇ ਜਲਦ ਹੀ ਵਿਜ਼ਿਟ ਕਰੋ ਸਾਡੀ ਵੈਬਸਾਈਟ ਤੇ।